आम आदमी पार्टी विरोधी धिर दे आगू हरपाल चीमा ने नवजोत सिंह सिद्धू नूं दित्ता पार्टी शामिल होण दा सद्दा। किहा पंजाब दी कानून व्यवस्था पूरी तरह होई खराब, बिजली दीआं वधीआं दरां ते वी सरकार खिलाफ मोर्चा लाउण दी करी गल। लोक सभा चोणां दे विच माड़े प्रदर्शन नूं लै के आम आदमी पार्टी वल्लों चिंतन करन लई अज लुधियाणा विखे एक बैठक दा प्रबंध कीता गया, जिस विच विरोधी धिर दे आगू हरपाल चीमा सने आम आदमी पार्टी पंजाब दी लीडरशिप मौजूद रही। इस मौके जिथे उन्हां पंजाब दी कानून व्यवस्था ते सवाल खड़े किते, उथे ही दूजे पासे नवजोत सिंह सिद्धू ने आम आदमी पार्टी विच शामिल होण दा वी सदा दिता। हरपाल चीमा ने कहा है कि इस बैठक दे विच मुख तौर ते लुधियाणा दे जिहड़े जिहड़े खेतर विच आम आदमी पार्टी पिछड़ी है, उस ते चिंतन करन लई विचार वटांदरा कीता जाएगा। इस मौके उन्हां मुक्तसर दे विच इक औरत नाल कांग्रेसी कौंसलर दे भरा वल्लों कीती कुटमार दी सख्त शब्दां च निंदा करदिआं कहा कि पंजाब विच कानून व्यवस्था पूरी तरह खराब हो चुकी है। हरपाल चीमा ने बिजली दीआं वधीआं दरां नूं लै के भी सरकार नूं करड़े हत्थी लैंदिआं कहा कि पंजाब दे विच भी दिल्ली दी तर्ज ते बिजली दीआं कीमतां च कटौती करनी चाहीदी है। उन्हां कहा कि जल्द ही आम आदमी पार्टी बिजली अंदोलन भी शुरू करेगी। हरपाल चीमा ने कहा है कि नवजोत सिंह सिद्धू नूं बिजली महकमे दे सुधार लई विभाग दा कारकार संभालना चाहीदा है। उपर सिमरजीत बैंस वल्लों सिद्धू ने 2022 विधान सभा चोणां दा मुख मंत्री चेहरा बनाउण नूं लै के हरपाल चीमा ने कहा कि ओह मुहल्ला पार्टी है पर सिद्धू आम आदमी पार्टी शामिल हो सकते ने। देखो अज दी साडी मीटिंग दा मेन मकसद इह आ कि हल्का लुधियाणा शहरी दे विच किथे किथे कमी आ रही आ, किथे किथे बूथ मैनेजमेंट जिहड़ी आ ਉਹ ਕਾਇਮ ਨਹੀਂ ਹੋ ਸਕੀ, ਉਹਦੇ 'ਚ ਕੀ ਘਾਟਾ ਸੀ ਉਹਦਾ ਰਿਵਿਊ ਕਰਨ ਦੇ ਲਈ ਮੀਟਿੰਗ ਹੈਗੀ। ਫਿਰ ਨਾਲ ਸਾਡੇ ਤੇ ਇੱਥੇ ਲੋਕਲ ਜਿਹੜੇ ਤੇਜਪਾਲ ਜੀ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਸਮੁੱਚੀ ਲੁਧਿਆਣਾ ਦੀ ਟੀਮ ਬੈਠੀ ਹੈ ਸਾਡੀ। ਲੁਧਿਆਣਾ ਸਿਟੀ ਦੇ ਵਿੱਚ ਕੀ ਕਮਜ਼ੋਰੀਆਂ ਰਹੀਆਂ ਨੇ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਊਗਾ, ਇਸ ਮਿਸ਼ਨ ਨੂੰ ਲੈ ਕੇ ਜਿਹੜੀ ਮੀਟਿੰਗ ਆ, ਔਰ ਇਸ ਦੇ ਨਾਲ ਨਾਲ ਜਿਹੜੇ ਵਰਕਰਸ ਨੇ ਗੀਆਂ ਉਹਨਾਂ ਨੂੰ ਸਮੱਸਿਆਵਾਂ ਸੁਣੀਆਂ ਜਾਣਗੀਆਂ, ਉਹਨਾਂ ਦੇ ਹੱਲ ਕੀਤੇ ਜਾਣਗੇ। ਬਿਲਕੁਲ ਵਿਰੋਧ ਨਹੀਂ ਹੋਇਆ ਹੈਗਾ। ਫਤਿਹਵੀਰ ਦਾ ਸਭ ਤੋਂ ਪਹਿਲਾ ਰੈਸਕਿਊ ਆਪਰੇਸ਼ਨ ਸੀਗਾ ਜਿਹੜਾ ਉਹ ਮੇਰੇ ਵੱਲੋਂ ਸ਼ੁਰੂ ਕਰਵਾਇਆ ਗਿਆ ਸੀਗਾ। ਮੀਡੀਆ ਦੇ ਇੱਕ ਹਿੱਸੇ ਨੇ ਉਹਨੂੰ ਗਲਤ ਪੇਸ਼ ਢੰਗ ਨਾਲ ਪੇਸ਼ ਕੀਤਾ ਹੈਗਾ, ਔਰ ਮੈਂ ਉੱਥੇ ਸੀ। ਗੁਰਪ੍ਰੀਤ ਸਿੰਘ ਮੰਗੀ ਜਿਹੜਾ ਬੱਚੇ ਦਾ ਚਾਚਾ ਹੈਗਾ ਉਹ ਮੇਰਾ ਦੋਸਤ ਆ, ਸਭ ਤੋਂ ਪਹਿਲਾਂ ਉਹਨੇ ਮੈਨੂੰ ਫੋਨ ਕੀਤਾ ਸੀ। ਸਭ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਮੈਂ ਪਹੁੰਚਿਆ ਸੀਗਾ, ਔਰ ਮੇਰੇ ਨਾਲ SDM ਜਿੰਨੇ ਵੀ ਤਮਾਮ ਆਫੀਸਰ ਸਾਰੇ ਗਏ ਸੀ। ਅਸੀਂ ਰੈਸਕਿਊ ਆਪਰੇਸ਼ਨ ਅਸੀਂ ਸ਼ੁਰੂ ਕਰਵਾਇਆ ਸੀਗਾ, ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਢਿੱਲ ਰਹੀ ਆ। ਪ੍ਰਸ਼ਾਸਨ ਗਲਤ ਸੀਗਾ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਆ, ਸਰਕਾਰ ਜ਼ਿੰਮੇਵਾਰ ਆ। ਮੈਂ ਸਰਕਾਰ ਨੂੰ ਵਾਰ ਵਾਰ ਬੇਨਤੀ ਕੀਤੀ ਸੀ, ਖਾਸ ਤੌਰ 'ਤੇ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸੀ, ਕਿਉਂਕਿ ਕੈਪਟਨ ਸਾਹਿਬ ਪੰਜਾਬ ਵਿੱਚ ਹੈ ਨਹੀਂ ਸੀਗੇ, ਛੁੱਟੀਆਂ 'ਤੇ ਗਏ ਹੋਏ ਸੀ, ਉਹਨਾਂ ਦੇ ਫੋਨ ਬੰਦ ਸੀਗੇ। ਮੈਂ ਚੀਫ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸੀ, ਚੀਫ ਸੈਕਟਰੀ ਸਾਹਿਬ ਸਮਝਾਇਆ ਸੀਗਾ ਕਿ ਜਿਹੜੇ ਇਕਿਊਪਮੈਂਟ ਨੇ ਜਿਹੜੇ ਉਪਕਰਨ ਨੇਗੇ ਅਤਿ ਆਧੁਨਿਕ ਉਪਕਰਨ ਜਿਹੜੇ ਹੈਗੇ ਨੇ ਬਾਹਰੋਂ ਮੰਗਵਾਏ ਜਾਣ, ਜੇਕਰ ਪੰਜ ਹਿੰਦੁਸਤਾਨ 'ਚ ਨਹੀਂ ਹੈਗੇ ਤਾਂ ਬਾਹਰੋਂ ਮੰਗਵਾਏ ਜਾਣ, ਬਾਹਰੋਂ ਮੰਗਵਾ ਕੇ ਜਿਹੜਾ ਬੱਚੇ ਨੂੰ ਸੇਫ ਕੱਢਿਆ ਜਾਵੇ। ਪਰ ਅਨਫਾਰਚੁਨੇਟਲੀ ਉਹ ਪ੍ਰਸ਼ਾਸਨ ਜਿਹੜਾ ਹੈਗਾ, ਅਸੀਂ ਸਮੁੱਚੇ ਲੋਕ ਅਸੀਂ ਬੱਚੇ ਨਹੀਂ ਫਸਾ ਸਕੇ, ਔਰ ਇਹਦੇ ਲਈ ਪ੍ਰਸ਼ਾਸਨ ਅਤੇ ਸਰਕਾਰ ਜ਼ਿੰਮੇਵਾਰ। ਦੇਖੋ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੂੰ ਬਹੁਤ ਹੀ ਇੰਪੋਰਟੈਂਟ ਮਹਿਕਮਾ ਮਿਲਿਆ ਗਾ, ਉਸ ਮਹਿਕਮੇ ਦੀ ਅਹਿਮੀਅਤ ਬਹੁਤ ਵੱਡੀ ਅਹਿਮੀਅਤ। ਉਹਦਾ ਕਾਰਨ ਕੀ ਆ ਕਿ 2017 ਦੇ ਵਿੱਚ ਕੈਪਟਨ ਸਾਹਿਬ ਨੇ ਇੱਕ ਬਹੁਤ ਵੱਡਾ ਸਲੋਗਨ ਦਿੱਤਾ ਸੀ ਕਿ ਜਦੋਂ ਮੈਂ ਸੱਤਾ 'ਚ ਆਊਂਗਾ ਨਾ ਤਾਂ ਸਰਕਾਰੀ ਥਰਮਲ ਪਲਾਂਟ ਬੰਦ ਕਰੂੰਗਾ, ਨਾਲੇ ਦੂਜੇ ਜਿਹੜੇ ਪ੍ਰਾਈਵੇਟ ਪਾਰਟੀ ਦੇ ਨਾਲ ਅਕਾਲੀ ਦਲ BJP ਨੇ ਐਗਰੀਮੈਂਟ ਕੀਤੇ ਹੋਏ ਸੀਗੇ, ਪ੍ਰਾਈਵੇਟ ਪਾਰਟੀਆਂ ਤੋਂ ਬਿਜਲੀ ਖਰੀਦਣ ਦੇ ਸਾਰੇ ਰੱਦ ਕਰੂੰਗਾ, ਰਿਵਿਊ ਕਰੂੰਗਾ ਉਹਨਾਂ ਦਾ ਜਿਹੜਾ ਹੈਗਾ, ਉਹਨਾਂ ਨੂੰ ਮਤਲਬ ਰੱਦ ਕਰੂੰਗਾ ਕੋਸ਼ਿਸ਼ ਇਹ ਵੀ ਹੋਣੀ। ਅਤੇ ਉਸ ਤੋਂ ਬਾਅਦ ਹੋਇਆ ਕਿ ਦੋ ਸਾਲ ਬੀਤ ਗਏ, ਕੈਪਟਨ ਸਾਹਿਬ ਨੇ ਬਿਲਕੁਲ ਰਿਵਿਊ ਨਹੀਂ ਕੀਤਾ, ਬਿਲਕੁਲ ਰੱਦ ਨਹੀਂ ਕੀਤਾ, ਕੁਛ ਨਹੀਂ ਉਹਨਾਂ ਉੱਤੇ ਦਾ ਹੋਇਆ। ਪਰ ਖਾਸ ਤੌਰ 'ਤੇ ਲਾਸਟ ਦਾ ਵਿਧਾਨ ਸਭਾ ਦਾ ਸੈਸ਼ਨ ਸੀਗਾ, ਉਹ ਸੈਸ਼ਨ ਦੇ ਵਿੱਚ ਧਿਆਨ ਦਵਾਊ ਮਤ ਦੇ ਰਾਹੀਂ ਮੈਂ ਸਰਕਾਰ ਤੋਂ ਪੁੱਛਿਆ ਸੀਗਾ ਉਹ ਰਿਵਿਊ ਕਿਉਂ ਨਹੀਂ ਕੀਤੇ, ਉਹ ਰੱਦ ਕਿਉਂ ਨਹੀਂ ਕੀਤੇ। ਸੋ ਸਰਕਾਰ ਨੇ ਉੱਥੇ ਆਪਣੀ ਫਿਰ ਵੀ ਮੰਨਣ ਤੋਂ ਨਹੀਂ ਮੰਨੀ। ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ, ਸਾਬਕਾ ਮਿਨਿਸਟਰ ਜਿਹੜੇ ਪਾਵਰ ਦੇ ਸਾਬਕਾ ਮਿਨਿਸਟਰ ਸੀ ਮਿਸਟਰ ਗੁਰਜੀਤ ਰਾਣਾ, ਗੁਰਜੀਤ ਸੋਢੀ ਜੀ, ਉਹਨਾਂ ਨੇ ਔਨ ਦੀ ਫਲੋਰ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਅੰਦਰ ਇਹ ਮੰਨਿਆ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਉੱਤੇ ਲਗਭਗ ਆਉਣ ਵਾਲੇ 25 ਸਾਲ 62,500 ਕਰੋੜ ਰੁਪਏ ਦਾ ਵਜ਼ਨ, ਵਾਧੂ ਵਜ਼ਨ ਉਹਨਾਂ ਐਗਰੀਮੈਂਟਾਂ ਕਰਕੇ, ਉਹਨਾਂ ਸਮਝੌਤਿਆਂ ਕਰਕੇ ਪੰਜਾਬ ਦੇ ਲੋਕਾਂ ਉੱਤੇ ਪਊਗਾ। ਜਦੋਂ ਸਰਕਾਰ ਐਡਮਿਟ ਕਰਦੀ ਆ, ਸਰਕਾਰ ਇਹ ਗੱਲ ਮੰਨਦੀ ਆ ਕਿ 62,500 ਕਰੋੜ ਰੁਪਏ ਦਾ ਘਰ ਆਉਣ ਵਾਲਾ ਆਰਥਿਕ ਬੋਝ ਪੰਜਾਬ ਦੇ ਲੋਕਾਂ 'ਤੇ ਪਊਗਾ, ਔਰ ਦੂਜੇ ਪਾਸੇ ਕੈਪਟਨ ਸਾਹਿਬ ਦਾ ਵਾਅਦਾ ਸੀਗਾ, ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਉਹਨਾਂ ਨੇ ਕਿ ਜਦੋਂ ਮੇਰੀ ਸਰਕਾਰ ਆਉਂਦੀ ਆ ਮੈਂ ਜਿਹੜੇ ਐਗਰੀਮੈਂਟ ਹੋਏ ਸੀਗੇ, ਜਿਹੜੇ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਗੱਲ ਕਰ ਰਹੀ ਹੈ ਅਕਾਲੀ ਦਲ, ਮੈਂ ਉਹ ਬੰਦ ਨਹੀਂ ਕਰੂੰਗਾ। ਔਰ ਦੂਜਾ ਜਿਹੜਾ ਹੈਗਾ, ਮੈਂ ਉਹ ਜਿਹੜੇ 25 ਸਾਲ ਦਾ ਵਾਧੂ ਵਜਨ ਪੰਜਾਬ ਦੇ ਲੋਕਾਂ ਦੇ ਦੂੰਗਾ, ਉਹ ਜਿਹੜੇ ਐਗਰੀਮੈਂਟ ਰੱਦ ਕਰੂੰਗਾ, ਹੁਣ ਉਹਨਾਂ ਤੋਂ ਮੁੱਕਰ ਗਏ ਨੇ। ਔਰ ਮੈਂ ਸਮਝਦਾ ਸਿੱਧੂ ਸਾਹਿਬ ਨੂੰ ਮਹਿਕਮਾ ਸੰਭਾਲਣਾ ਚਾਹੀਦਾ, ਉਹ ਜਿਹੜੇ ਐਗਰੀਮੈਂਟ
किए हुए हैं उन्होंने रिव्यू करवाना चाहिए, उन्होंने ऑडिट करवाना चाहिए, उन्होंने जाके दुबारे मैं समझ रद्द करना चाहिए ताकि पंजाब के लोगों को राहत मिले। 25 साल उन्होंने 25 साल का एग्रीमेंट नहीं हो 25 साल आम आदमी पार्टी मानती है कि 70,000 करोड़ रुपए का वाधू वजन पंजाब के लोगों से पेगा, पर लेकिन सरकार का नुमाइंदा सरकार का जिहड़ा इस टाइम साबका वजीर वो किन्ने मानते हैं 62,500 करोड़ रुपए। यह मतलब पंजाब के लोगों के आने वाले समय के 25 साल लगभग वजन पैना गा तो सरकार को पता गया, कैप्टन साहब को पता गा, फिर सिद्धू साहब को महकमा संभाल के यह जो परोपकार का काम आ करना चाहिए ताकि पंजाब के लोगों को राहत मिल सके। जेकर सिद्धू साहब ये काम करते हैं तो आम आदमी पार्टी का समर्थन करो। देखो कैप्टन साहब कल आए ने पहाड़ा तो उतर के आए ने अज नीति आयोग की मीटिंग सी उस नीति आयोग की मीटिंग दे जा नहीं रहे, कह रहे मैं बीमार हो गया। सो कैप्टन साहब की जी मैं समझता भी वो नीति है भी बिल्कुल ही लोगों जाना नहीं, लोगों के काम नहीं करने, असर थले तक दिख रहा और थले तक जो कांग्रेसी ने गए वो गुंडागर्दी उतरे हुए हैं और पंजाब थां थां जमीन के कब्जे हो रहे हैं, थां थां 20-25 हज़ार लैके एक महिला कुटमार हुई है, पंजाब की अमन कानून की स्थिति बहुत माड़ी बनी हुई है। कैप्टन साहब पंजाब के होम मिनिस्टर ने गए, गृह मंत्री ने पंजाब के, कैप्टन साहब तो महकमा नहीं चल रहा, कैप्टन साहब तुरंत बतौर होम मिनिस्टर इस्तीफा देना चाहिए, किसी होर जिम्मेवारी संभालनी चाहिए है ताकि पंजाब के इस तरह घटनावां वापर रही ने उन्हें कंट्रोल हो सके। देखो आम आदमी पार्टी ने पहला भी अंदोलन छेड़िया बिजली अंदोलन वो इलेक्शन के आने करके रुक गया था, हूँ इस तो बाद रूपरेखा तैयार हो रही है। अमन अरोड़ा जी ने कल चिट्ठी भी लिखी है सीएम साहब को, असं बड़ी जल्दी जी रूपरेखा लोगों से लैके आ रहे हैं, बड़ी जल्दी जो बिजली का अंदोलन पंजाब एक बार फिर खड़ा कर रहे हैं, क्योंकि मैं बार बार कह रहा 25 साल जो आने वाले 25 साल लोगों के उत्ते एड्डा व्डा आर्थिक बोझ पैना गा, एक तो वह दूजा बिजली के बिल लगातार बढ़ाए जा रहे हैं। पंजाब बिजली पैदा करता, पंजाब सूबा बिजली पैदा करता, इतने बिजली 70 रुपए तो लैके 12 रुपए प्रति यूनिट आ, और दिल्ली जोड़ा सूबा गा वो बिजली खरीदता गा दूजे सूबे तो बिजली खरीदा, उत्थे कि 200 यूनिट तक 1 रुपया, 400 यूनिट तक 2.25 रुपये, जब इन घटा सकते हैं तो पंजाब क्यों नहीं हो सकता। इस गल को लैके बहुत बड़ा अंदोलन शुरू करा। देखो उन्होंने अले पल कुछ नहीं है, एक महला पार्टी के आगू ने गए, एक भी हजे तक पार्टी का प्रधान ही नहीं है, लोगों ने जमानत जब्त करा दी, लोगों ने दसता जेडे लोगों ने आम आदमी पार्टी तोड़न की कोशिश की थी, लोगों ने पंजाब के लोगों ने सिर के लोगों ने ईमानदार लोगों ने उन्होंने लोगों ने जमानत जब्त करा दी। सो यह जे बहुत सारे लोग फिरते हैं जिन्होंने अपना कोई घर नहीं है, दूजे के घर से पाड़ लाने की कोशिश करते हैं। सो मैं समझता नवजोत सिद्धू लई जिहड़ा मेन प्लेटफॉर्म है वो आम आदमी पार्टी है, सो उन्होंने बेनती करते कि आम आदमी पार्टी ज्वाइन कर। देखो खहरा साहब ने मेरी कोई गलबात नहीं हुई, दूजे जो विधायक जी उन्होंने मेरी गलबात हुई है वो काफ़ी हद तक मैं लगता सफल हो रही है, चल रही है, बड़ी जल्दी रिजल्ट आऊगा। जोड़े नाराज से निराश MLA से उन्होंने साढ़े कुछ MLA साहबान संपर्क ने, कुछ मैं संपर्क चाँ, बड़ी जल्दी तो एक मंच पर दिखाई देगा।